ਆਪਣੇ ਅੰਮ੍ਰਿਤਸਰ ਦੀ ਜੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਨਸ਼ੇ ਦਾ ਬੜਾ ਵੱਡਾ ਮੁੱਦਾ ਆ, ਜਿਹੜਾ ਕਿ ਮੁੱਦਾ ਹੀ ਬਣ ਕੇ ਰਹਿ ਜਾਂਦਾ ਲੀਡਰਾਂ ਵੱਲੋਂ। ਚੜ੍ਹਦੀ ਕਲਾ ਮੁਕਾਬਲਾ ਆਪਣੇ ਆਪ ਦੇ ਨਾਲ ਹੀ ਆ ਕਿ ਇਹਨਾਂ ਦੇ ਸਾਹਮਣੇ ਖਲੋ ਗਏ ਆ, ਨਹੀਂ ਤਾਂ ਕੋਈ ਜ਼ਰੂਰਤ ਨਹੀਂ ਕਰਦਾ, ਧਮਕੀਆਂ ਦਿੰਦੇ ਆ ਇਹ ਸਾਨੂੰ ਦੇ ਕੇ ਵੇਖਣ। ਇਹ ਬਾਬੇ ਨਾਨਕ ਦਾ ਪੰਜਾ ਨਾ, ਇਹ ਬਾਬੇ ਨਾਨਕ ਦਾ ਨਹੀਂ, ਇਹ ਖੂਨੀ ਪੰਜਾ। ਸਾਡੇ ਪਿੰਡਾਂ 'ਚ ਬਜ਼ੁਰਗਾਂ ਨੂੰ ਪੁੱਛੋ, ਜਵਾਨੀ ਇਹਨਾਂ ਨੇ ਖਤਮ ਕਰਤੀ ਸਾਡੀ 84 ਦੇ ਵਿੱਚ। ਮੇਰੀ ਅੰਮ੍ਰਿਤਸਰ ਵਾਸੀਆਂ ਨੂੰ ਇਹੋ ਬੇਨਤੀ ਕਿ ਸੋਚ ਸਮਝ ਕੇ EVM ਦੇ ਥਰੂ ਇਹਨਾਂ ਦੇ ਮੂੰਹ 'ਤੇ ਚਪੇੜ ਮਾਰਨੀ ਸੀ। ਕਹਿੰਦੇ ਰੇਸ਼ਮ ਜੀ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ, ਜੋ ਕਿ ਇਹਨਾਂ ਵਿੱਚ ਪਾਰਟੀ ਵਜੋਂ ਖੜੇ ਨੇ, ਆਜ਼ਾਦ ਖੜੇ ਨੇ, ਅਤੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ ਹਾਂ ਕਿ ਰੇਸ਼ਮ ਜੀ ਦਾ ਕੀ ਵਿਜ਼ਨ ਹੈ ਅਤੇ ਕੀ ਵਿਜ਼ਨ ਲੈ ਕੇ ਲੋਕਾਂ ਦੇ ਵਿੱਚ ਰੁਕੇ? ਕੀ ਲੱਗਦਾ ਸਰ, ਤੁਸੀਂ ਲੋਕਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਖੜੇ ਹੋ ਲੱਗੇ ਹੋ, ਕੀ ਲੱਗਦਾ ਲੋਕਾਂ ਦਾ ਵਿਜ਼ਨ ਕੀ ਲੋਕਾਂ ਦੇ ਵਿੱਚ ਲੈ ਕੇ ਤੁਸੀਂ ਵਿਚਰੋਗੇ? ਵੇਖੋ, ਪੰਜਾਬ ਆਪਣੇ ਅੰਮ੍ਰਿਤਸਰ ਦੀ ਜੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਨਸ਼ੇ ਦਾ ਬੜਾ ਵੱਡਾ ਮੁੱਦਾ ਆ, ਜਿਹੜਾ ਕਿ ਮੁੱਦਾ ਹੀ ਬਣ ਕੇ ਰਹਿ ਜਾਂਦਾ ਲੀਡਰਾਂ ਵੱਲੋਂ। ਛੋਟੇ ਸਮਗਲਰ ਤਾਂ ਫੜੇ ਜਾਂਦੇ ਆ, ਜਿਹੜੇ ਵੱਡੇ ਸਮਗਲਰ ਆ ਉਹਨਾਂ ਵੱਲੋਂ ਸ਼ੈਲਟਰ, ਇਹ ਪਾਰਟੀਆਂ ਵੱਲੋਂ, MLA ਵੱਲੋਂ, ਮੰਤਰੀਆਂ ਵੱਲੋਂ ਸ਼ੈਲਟਰ ਕੀਤਾ ਜਾਂਦਾ, ਫੰਡ ਲੈ ਜਾਂਦੇ ਉਹਨਾਂ ਕੋਲ, ਉਹਨਾਂ ਨੂੰ ਤਾਂ ਫੜਿਆ ਹੀ ਨਹੀਂ ਜਾਂਦਾ ਜਿਹੜੇ ਵੱਡੇ ਲੀਡਰ ਆ, ਜਿਹੜੇ ਵੱਡੇ ਸਮਗਲਰ ਆ। ਜੇ ਹੋਰ ਪਾਣੀਆਂ ਦੀ ਗੱਲ ਕਰੀਏ ਆਪਾਂ, ਸਾਡਾ ਗੰਦਾ ਨਾਲਾ ਵੇਖ ਲਓ ਤੁਸੀਂ, MP ਸਾਹਿਬ ਦਾ ਦੇ ਉੱਤੇ ਘਰ ਆ, ਹਜੇ ਤੱਕ ਉਹਨਾਂ ਕੋਲ ਨਾਲਾ ਨਹੀਂ ਪੱਕਾ ਹੋਇਆ, ਹੋਰ ਇਹਨਾਂ ਨੇ ਕੰਮ ਕੀ ਕਰਨਾ? ਟ੍ਰੇਡ ਸਾਡਾ ਨਹੀਂ ਚਾਲੂ ਹੋਇਆ, ਟ੍ਰੇਡ ਚਾਲੂ ਹੁੰਦਾ, ਟ੍ਰੇਡ ਚਾਲੂ ਹੁੰਦੇ ਨਾਲ ਕਿਸਾਨਾਂ ਨੂੰ, ਵਪਾਰੀਆਂ ਨੂੰ, ਮਜ਼ਦੂਰਾਂ ਨੂੰ, ਸਾਰੇ ਵਰਗਾਂ ਨੂੰ ਫਾਇਦਾ ਪਹੁੰਚਦਾ ਉਹਦਾ। ਅਕਸਰ ਦੇਖਿਆ ਜਾਂਦਾ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਸੰਘਰਸ਼ ਕਰਦੇ ਹੋਏ ਦਿਖਾਈ ਦਿੱਤੇ ਹੋ, ਕੀ ਲੱਗਦਾ ਸਮਾਂ ਘੱਟ ਨਹੀਂ ਆ, ਬਹੁਤ ਲੇਟ ਹੋ ਗਏ ਹੋ ਤੁਸੀਂ, ਕਿਉਂਕਿ ਜਿੰਨਾ ਕੁ ਸਮਾਂ ਰਹਿ ਗਿਆ ਇੰਨੇ ਦੇ ਵਿੱਚ ਲੋਕਾਂ ਦੇ ਵਿੱਚ ਜੋ ਆਵਾਜ਼ ਪਹੁੰਚਾਉਣ ਚਾਹੁੰਦੇ ਪਹੁੰਚ ਸਕਦੀ ਹੈ? ਬਿਲਕੁਲ ਪਹੁੰਚੂਗੀ ਜੀ, ਪਹੁੰਚ ਗਈ ਆਵਾਜ਼ ਸਾਨੂੰ। ਆਪਾਂ ਕੋਈ ਇੱਥੇ ਕੰਪਨੀ ਬਾਗ 'ਚ ਆ ਕੇ ਸੈਰ ਕਰਕੇ ਅਤੇ ਜਾਂ ਪੀਟੀਆਂ ਕਰਕੇ ਅਤੇ ਜਾਂ ਵਾਲੀਬਾਲ ਖੇਡ ਕੇ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਨਹੀਂ ਮੰਗਣੀਆਂ, ਅਸੀਂ ਆਪਣੀ ਆਵਾਜ਼ ਪਹੁੰਚਾਉਣੀ ਆ, ਸੋਸ਼ਲ ਮੀਡੀਆ ਰਾਹੀਂ ਵੀ ਪਹੁੰਚਾਵਾਂਗੇ, ਬਾਕੀ ਅਸੀਂ ਵਾਰ ਵਾਰ ਮੌਕੇ ਨਹੀਂ ਮੰਗਾਂਗੇ। ਮੁਕਾਬਲਾ ਕਿਸ ਨਾਲ ਦੇਖਦੇ ਹੋ? ਕਿਸੇ ਨਾਲ ਨਹੀਂ ਮੁਕਾਬਲਾ, ਚੜ੍ਹਦੀ ਕਲਾ ਮੁਕਾਬਲਾ ਆਪਣੇ ਆਪ ਦੇ ਨਾਲ ਹੀ ਆ ਕਿ ਇਹਨਾਂ ਦੇ ਸਾਹਮਣੇ ਖਲੋ ਗਏ ਆ, ਨਹੀਂ ਤਾਂ ਕੋਈ ਜ਼ਰੂਰਤ ਨਹੀਂ ਕਰਦਾ, ਧਮਕੀਆਂ ਦਿੰਦੇ ਆ ਇਹ ਸਾਨੂੰ ਦੇ ਕੇ ਵੇਖਣ, ਅਸੀਂ ਖਲੋ ਗਏ ਆ ਨਾ ਸਾਹਮਣੇ, ਬਸ ਇਹ 'ਚ ਹੀ ਸਾਡਾ ਆਪਣੇ ਆਪ ਨੇ ਮੁਕਾਬਲਾ, ਇਹਨਾਂ ਨਾਲ ਕੋਈ ਮੁਕਾਬਲਾ ਨਹੀਂ। ਮੁੱਦਿਆਂ ਦੀ ਗੱਲ ਕਰ ਲਈਏ ਤਾਂ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਵਿਚਰਿਆ ਜਾਏਗਾ? ਮੁੱਦੇ ਤੁਹਾਨੂੰ ਗੱਲ ਦੱਸੀ ਆ, ਨਸ਼ਿਆਂ ਦਾ ਮੁੱਦਾ ਬੜਾ ਵੱਡਾ ਹੈ, ਜਿਹੜਾ ਕਿ ਇਹ ਮੁੱਦਾ ਹੀ ਬਣਾ ਕੇ ਰੱਖਿਆ ਗਿਆ। ਸਾਡੇ ਵੱਲੋਂ ਸੈਂਕੜੇ ਪਿੰਡਾਂ ਦੇ ਵਿੱਚ ਨਸ਼ਿਆਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਸਿਆਸਤ ਉੱਤੇ ਉੱਠ ਕੇ, ਕਾਫੀ ਪਿੰਡਾਂ ਦੇ ਵਿੱਚ ਅਸੀਂ ਕਮੇਟੀਆਂ ਬਣਾ ਚੁੱਕੇ ਹਾਂ, ਕੁਛ ਬਣਾ ਰਹੇ ਹਾਂ, ਜਿੱਥੇ ਰੁਕਾਵਟ ਪੈਦਾ ਕਰਦੇ ਆ ਸਿਆਸਤਦਾਨ ਹੀ ਕਰਦੇ ਆ, ਕਿਉਂਕਿ ਜਿਹੜੇ ਵੱਡੇ ਸਮਗਲਰ 'ਤੇ ਜਾ ਕੇ ਗੱਲ ਅੜਦੀ ਆ, ਨਿੱਕੇ ਨਿੱਕੇ ਫੜਾ ਕੇ ਜਦੋਂ ਵੱਡੇ ਸਮਗਲਰ ਕੋਲ ਆਪਾਂ ਪੁੱਛੀਦਾ ਵੀ ਕਿਹਦੇ ਕੋਲ ਲੈਂਦੀ, ਤੂੰ ਕਿਹਦੇ ਕੋਲ ਲੈਂਦੀ, ਲਾਸਟ 'ਤੇ ਜਾ ਕੇ ਬੰਦਾ ਇਹਨਾਂ ਦਾ ਨਿਕਲ ਆਉਂਦਾ, ਉਹ ਇਹਨਾਂ ਦੇ ਦਫ਼ਤਰਾਂ 'ਚ ਬੈਠਾ ਹੁੰਦਾ, ਉਹ ਇਹਨਾਂ ਦੀਆਂ ਗੱਡੀਆਂ 'ਚ ਘੁੰਮਦਾ। ਇਹੋ ਜਿਹਾ ਨਸ਼ਾ ਮੁਕਤ ਕਰਾਂਗੇ ਨਾ, ਇਹੋ ਜਿਹੇ ਸਮਗਲਰਾਂ ਨੂੰ ਧੂ ਧੂ ਕੇ ਅੰਦਰ ਕਰਾਂਗੇ ਜੇ ਸਾਡੇ ਅੰਮ੍ਰਿਤਸਰ ਦੇ ਲੋਕ ਸਾਡੇ 'ਤੇ ਵਿਸ਼ਵਾਸ ਜਤਾਉਂਦੇ ਆ। ਲਾਸਟ ਸਵਾਲ, ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ, 4 ਜੂਨ ਨੂੰ ਜਿਹੜਾ ਰਿਜ਼ਲਟ ਹੈ, ਕੀ ਕਹਿਣਾ ਚਾਹੁੰਦੇ ਲੋਕਾਂ ਨੂੰ? ਬਸ ਲੋਕਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ, ਅਸੀਂ ਮਾਝਾ ਸਾਡਾ ਏਰੀਆ ਆ, ਮਾਝੇ ਦੇ ਵਿੱਚ ਜੋ 84 ਦੇ ਵਿੱਚ ਹੋਇਆ ਆ ਜੂਨ ਮਹੀਨੇ 'ਚ, ਘੱਲੂਘਾਰਾ ਜੂਨ ਮਹੀਨੇ 'ਚ ਹੋਇਆ, ਉਹ ਨਾ ਭੁੱਲਿਓ। ਇਹ ਜਿਹੜੇ ਕਾਂਗਰਸੀ ਕਹਿੰਦੇ ਸਾਡਾ ਜੀ ਇਹ ਬਾਬੇ ਨਾਨਕ ਦਾ ਪੰਜਾ ਨਾ, ਇਹ ਬਾਬੇ ਨਾਨਕ ਦਾ ਨਹੀਂ, ਇਹ ਖੂਨੀ ਪੰਜਾ। ਸਾਡੇ ਪਿੰਡਾਂ 'ਚ ਬਜ਼ੁਰਗਾਂ ਨੂੰ ਪੁੱਛੋ, ਜਵਾਨੀ ਇਹਨਾਂ ਨੇ ਖਤਮ ਕਰਤੀ ਸਾਡੀ 84 ਦੇ ਵਿੱਚ। ਮੇਰੀ ਅੰਮ੍ਰਿਤਸਰ ਵਾਸੀਆਂ ਨੂੰ ਇਹੋ ਬੇਨਤੀ ਕਿ ਸੋਚ ਸਮਝ ਕੇ EVM ਦੇ ਥਰੂ ਇਹਨਾਂ ਦੇ ਮੂੰਹ 'ਤੇ ਚਪੇੜ ਮਾਰਨੀ, ਤੁਸੀਂ ਜਿਹੜੇ ਸਾਨੂੰ ਬਾਬੇ ਨਾਨਕ ਦਾ ਪੰਜਾ ਦੱਸਦੇ ਆ ਨਾ, ਇਹ ਖੂਨ ਦਾ ਪੰਜਾ ਇਹਨਾਂ ਦਾ। ਧੰਨਵਾਦ ਜੀ। ਇਹ ਸਨ ਰੇਸ਼ਮ ਸਿੰਘ ਵੜੈਚ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ 1 ਜੂਨ ਨੂੰ ਜਦੋਂ ਵੀ ਤੁਸੀਂ ਆਪਣੀ ਵੋਟ ਪਾਉਣ ਨੂੰ ਲੋਕਾਂ ਦੇ ਵਿੱਚ ਤੁਸੀਂ EVM ਦੇ ਜ਼ਰੀਏ ਇਹਨਾਂ ਦੇ ਮੂੰਹ 'ਤੇ ਜਿਹੜੀ ਹੈ ਚਪੇੜ ਮਾਰਨੀ, ਕਿਉਂਕਿ ਜੇ ਗੱਲ ਕਰੀਏ ਅੰਮ੍ਰਿਤਸਰ ਸ਼ਹਿਰ ਦੀ ਤਾਂ ਹਰ ਇੱਕ ਉਮੀਦਵਾਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਨਾਮ ਰੱਖਦਾ, ਅਤੇ ਹੁਣ ਦੇਖਣਾ ਇਹ ਹੋਵੇਗਾ 1 ਜੂਨ ਨੂੰ ਕਿ MP ਦਾ ਤਾਜ 4 ਜੂਨ ਨੂੰ ਕਿਸ ਦੇ ਸਿਰ 'ਤੇ ਪੈਂਦਾ। ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ, ਮੈਂ ਮਾਨਵ ਦਾ ਸਮਰ ਨਿਊਜ਼ ਅੰਮ੍ਰਿਤਸਰ।